ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਹੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਘਰਾਂ ਵਿੱਚ ਬੈਠੇ ਦਰਸ਼ਕ ਬਹੁਤ ਭਲੀ ਭਾਂਤ ਸਮਝ ਗਏ ਹੋਣਗੇ ਵੀ ਅੱਜ ਜੇ ਪਿੱਛੇ ਸੈੱਟ ਹੈ ਤਾਂ ਇਹਦਾ ਮਤਲਬ ਕਾਲਾਂ ਦਾ ਸਿਲਸਿਲਾ ਵੀ ਜ਼ਰੂਰ ਹੋਏਗਾ। ਸੋ ਬਿਲਕੁਲ ਸਹੀ ਸਮਝੇ ਜੀ, ਕਾਲਾਂ ਦਾ ਸਿਲਸਿਲਾ ਅੱਜ ਹੋਏਗਾ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ। ਕੈਲੀਫੋਰਨੀਆ ਤੋਂ ਪ੍ਰੋਗਰਾਮ ਤੁਹਾਡੇ ਰੂਬਰੂ ਪੇਸ਼ ਕੀਤੇ ਜਾ ਰਹੇ ਨੇ, ਤੁਸੀਂ ਬਹੁਤ ਪਸੰਦ ਕਰ ਰਹੇ ਹੋ ਇੱਥੋਂ ਦੇ ਪ੍ਰੋਗਰਾਮ ਵੀ, ਸਟੂਡੀਓ ਦੇ ਵਿੱਚੋਂ ਵੀ ਤੁਸੀਂ ਪ੍ਰੋਗਰਾਮ ਪਸੰਦ ਕਰਦੇ ਸੀ, ਇਹ ਵੀ ਪ੍ਰੋਗਰਾਮ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ, ਤੁਹਾਡੀ ਫੀਡਬੈਕ ਬਹੁਤ ਵਧੀਆ ਆ ਰਹੀ ਹੈ, ਇੱਥੇ ਮਿਲ ਕੇ ਸਾਡੇ ਪੰਜਾਬੀਆਂ ਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ। ਅਤੇ ਸੋ ਅੱਜ ਦਾ ਪ੍ਰੋਗਰਾਮ ਵੀ ਅਸੀਂ ਸੈਕਰਾਮੈਂਟੋ ਦੇ ਵਿੱਚੋਂ, ਯਾਨੀ ਕਿ ਜਿੱਥੇ ਅਸੀਂ ਇੱਥੇ ਹੋਟਲ ਦੇ ਵਿੱਚ ਇੱਕ ਤਕਰੀਬਨ ਸਟੂਡੀਓ ਬਣਾਇਆ ਹੋਇਆ ਆਪਣਾ ਕਾਫੀ ਵੱਡਾ, ਇੱਥੇ ਹੀ ਦੀਪਕ ਧਮਾਨ ਸਾਹਿਬ ਆਪਣਾ ਫਿਰ ਸਾਰਾ ਸੈਟਅਪ ਕਰਦੇ ਨੇ ਅਤੇ ਇੱਥੋਂ ਹੀ ਤੁਹਾਡੇ ਰੂਬਰੂ ਪ੍ਰੋਗਰਾਮ ਕਰੀਦਾ। ਅੱਜ ਦਾ ਪ੍ਰੋਗਰਾਮ ਵੀ ਸੈਕਰਾਮੈਂਟੋ ਦੇ ਵਿੱਚੋਂ ਹੀ ਤੁਹਾਡੇ ਰੂਬਰੂ ਕਰ ਰਹੇ ਹਾਂ, ਪਰ ਅੱਜ ਮੇਰੇ ਨਾਲ ਇੱਕ ਮਹਿਮਾਨ ਵੀ ਹੈਗੇ ਨੇ, ਬਹੁਤ ਵਧੀਆ, ਬਹੁਤ ਖੂਬਸੂਰਤ, ਬਹੁਤ ਟੈਲੈਂਟਡ, ਬਹੁਤ ਵਧੀਆ ਗਾਇਕ ਆਏ ਅਸੀਂ ਕਹਿ ਸਕਦੇ ਹਾਂ। ਮਹਿਮਾਨ ਵੀ ਹੋਣਗੇ ਨਾਲ ਨਾਲ ਤੁਹਾਡੀਆਂ ਕਾਲਾਂ ਵੀ ਹੋਣਗੀਆਂ। ਸੋ ਮਹਿਮਾਨ ਦੀ ਗੱਲ ਕਰੀਏ ਤਾਂ ਛੋਟੀ ਉਮਰ ਦੇ ਵਿੱਚ ਹੀ ਕਾਫੀ ਨਾਮ ਖੱਟ ਲਿਆ ਸੀਗਾ, ਬੈਸਟ ਵੋਕਲਿਸਟ ਸਾਰੇ ਗਾਵਾਂ ਦੇ ਵਿੱਚ ਇਹਨਾਂ ਨੂੰ ਨੋਮੀਨੇਟ ਹੋਏ ਸੀ, ਹੋਰ ਵੀ ਬਹੁਤ ਸਾਰੇ ਅਵਾਰਡਾਂ ਵਾਸਤੇ ਨੋਮੀਨੇਟ ਹੋਏ ਸੀਗੇ ਅਤੇ ਅੱਜ ਕੱਲ੍ਹ ਕੈਲੀਫੋਰਨੀਆ ਦੀ ਧਰਤੀ 'ਤੇ ਰਹਿੰਦੇ ਨੇ। ਸੋ ਮੈਂ ਇਹਨਾਂ ਨੂੰ ਪਹਿਲਾਂ ਤਾਂ ਲੱਭਿਆ, ਵੈਸੇ ਪਹਿਲਾਂ ਕਾਫੀ ਦੇਰ ਪਹਿਲਾਂ ਮੇਲ ਮੁਲਾਕਾਤ ਹੋਈ ਸੀਗੀ, ਇੰਗਲੈਂਡ ਦੇ ਵਿੱਚ ਵੀ ਮੁਲਾਕਾਤ ਹੋਈ ਸੀ ਅਤੇ ਅੱਜ ਫਿਰ ਮੈਂ ਇਹਨਾਂ ਨੂੰ ਲੱਭ ਕੇ ਮੈਂ ਸੋਚਿਆ ਵੀ ਤੁਹਾਡੇ ਰੂਬਰੂ ਕਰਾਂ। ਉਹਨਾਂ ਦਾ ਨਾਮ ਹੈ ਇਸ਼ਮੀਤ ਨਰੂਲਾ। ਅਸ਼ਮੀਤ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੱਗੀ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਸ ਪੰਜਾਬੀ ਦੇ, ਥੈਂਕ ਯੂ ਸੋ ਮੱਚ, ਤੁਸੀਂ ਮੈਨੂੰ ਬੁਲਾਇਆ, ਲੱਭ ਲਿਆ ਅਖੀਰਕਾਰ ਤੇ ਮੈਂ ਆ ਗਈ ਹਾਂ। ਟੈਲੈਂਟ ਜਿੱਥੇ ਵੀ ਛੁਪਿਆ ਹੋਇਆ ਨਾ, ਸਾਨੂੰ ਪਤਾ ਤੁਸੀਂ ਸੀਗਾ, ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਫੈਨ ਹੈਗੇ ਨੇ, ਤੁਹਾਡੀ ਆਵਾਜ਼ ਸੁਣਦੇ ਨੇ, ਤੁਹਾਡੇ ਗੀਤ ਸੁਣੇ ਨੇ, ਪਰ ਅਸੀਂ ਸੋਚਿਆ ਵੀ ਜਿੱਥੇ ਜਿੱਥੇ ਵੀ ਕਿਤੇ ਟੈਲੈਂਟ ਹੈਗਾ ਨਾ, ਹਾਲਾਂਕਿ ਮੈਨੂੰ ਪਤਾ ਇੱਧਰ ਬਿਜ਼ੀ ਮਾਹੌਲ ਹੈ, ਤੁਹਾਨੂੰ ਟ੍ਰੈਵਲਿੰਗ ਵੀ ਕਾਫੀ ਪੈ ਗਈ ਇੱਥੇ ਆਉਂਦੇ ਆਉਂਦੇ, ਕੋਈ ਗੱਲ ਨਹੀਂ, ਫਿਰ ਵੀ ਟਾਈਮ ਸਿਰ ਪਹੁੰਚ ਗਏ ਹੋ। ਸੋ ਗੱਲਾਂ ਬਾਤਾਂ ਕਰਾਂਗੇ, ਸੰਗੀਤ ਵੀ ਹੋਏਗਾ ਜੀ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ, ਦੱਸ ਦਈਏ ਨਾਲ ਨਾਲ ਕਾਲਾਂ ਵੀ ਜ਼ਰੂਰ ਲਵਾਂਗੇ। ਅੱਛਾ ਇਸ਼ਮੀਤ, ਕਿੱਥੋਂ ਸ਼ੁਰੂਆਤ ਹੋਈ ਗਾਇਕੀ ਦੀ? ਗਾਇਕੀ ਦੀ ਸ਼ੁਰੂਆਤ ਮੇਰੇ ਖਿਆਲ ਹੈ ਸਾਰੇ ਹਾਂਜੀ ਘਰੋਂ ਹੀ ਹੁੰਦੀ ਹੈ, ਅਤੇ ਘਰ ਮੇਰੇ ਮਾਹੌਲ ਜਿਹੜਾ ਸੀ ਉਹ ਕੀਰਤਨ ਵਾਲਾ ਸੀ, ਪਾਠ ਕੀਰਤਨ, ਅਤੇ ਉੱਥੋਂ ਹੀ ਸ਼ੁਰੂਆਤ ਹੋਈ ਰਾਗਾਂ ਤੋਂ ਸਿੱਖ ਕੇ। ਅਤੇ ਮੇਰੇ ਜਿਹੜੇ ਫਾਦਰ ਸਾਹਿਬ ਨੇ ਉਹ ਬਹੁਤ ਇਨਕਰੇਜ ਕਰਦੇ ਸੀ, ਮੇਰੀ ਮੰਮੀ ਜਿਹੜੀ ਹੈ ਉਹ ਬਹੁਤ ਫੋਕ ਸੌਂਗ ਗਾਉਂਦੇ ਨੇ, ਯੂ ਨੋ ਸ਼ੌਕੀ ਸ਼ੌਕ ਨਾਲ, ਜਿਵੇਂ ਆਪਣੇ ਘਰ ਦੇ ਵਿਆਹਾਂ 'ਤੇ ਐਂਡ ਆਲ ਦੈਟ। ਸੋ ਉਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਕੋਲੋਂ ਪਿੱਕ ਕਰ ਲਈਆਂ ਅਤੇ ਬਸ ਫਿਰ ਗਾਣਾ ਸ਼ੁਰੂ ਕਰਤਾ, ਗਾਇਕੀ ਸ਼ੁਰੂ ਕਰਤੀ। ਹਾਂਜੀ, ਅਤੇ ਅੱਛਾ ਜੇ ਫਾਦਰ ਸਾਹਿਬ ਤੁਸੀਂ ਗੱਲ ਕੀਤੀ, ਕੀ ਨਾਮ ਸੀ ਉਹਨਾਂ ਦਾ, ਉਹ ਕੀਰਤਨ ਕਰਦੇ ਸੀਗੇ? ਹਾਂਜੀ, ਉਹ ਕੀਰਤਨ ਕਰਦੇ ਸੀ, ਉਹਨਾਂ ਦਾ ਨਾਂ ਹੈ ਸੁਰਿੰਦਰ ਸਿੰਘ ਨਰੂਲਾ, ਅਤੇ ਉਹ ਤੁਸੀਂ ਟੈਕਸਲਾ ਟੀਵੀ ਵਾਲੇ ਨਾਮ ਸੁਣਿਆ ਹੋਏਗਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕਰਕੇ ਟੈਕਸਲਾ ਟੀਵੀ ਤੇ ਬਹੁਤ ਹੀ ਮਸ਼ਹੂਰ ਹੈ ਸੀ। ਜੀ 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 ਜੀ, ਉਹ ਸ਼ਬਦ ਬਹੁਤ ਮਸ਼ਹੂਰ ਹੋਇਆ ਤੇ ਉਸੇ ਕਰਕੇ ਮਤਲਬ ਕਹਿ ਲਓ ਕਿ ਸਾਡੀ ਖੁਸ਼ਨਸੀਬੀ ਹੈ ਕਿ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਜਿੱਥੇ ਪਾਠ ਕੀਰਤਨ ਇੰਨਾ ਚੱਲਦਾ ਸੀ ਤੇ ਉਹ ਸਾਡੇ ਜ਼ਿਹਨ 'ਚ ਬੈਠਿਆ ਹੋਇਆ ਹੈ। ਪੇਰੈਂਟਸ ਨੇ ਇਸ ਗੱਲ ਤੇ ਜ਼ੋਰ ਨਹੀਂ ਪਾਇਆ ਕਿ ਤੂੰ ਕੀਰਤਨ ਵਾਲੇ ਪਾਸੇ ਜਾ, ਇਹ ਕਿਵੇਂ ਹੋ ਸਕਦਾ? ਉਹਨਾਂ ਨੇ ਇਸੇ ਗੱਲ ਤੇ ਜ਼ੋਰ ਪਾਇਆ ਕਿ ਕੀਰਤਨ ਪਾਸੇ ਹੀ ਜਾਣਾ ਚਾਹੀਦਾ, ਜਿੱਦਾਂ ਕਿ ਸਾਡੇ ਘਰਾਂ 'ਚ ਹੁੰਦਾ ਹੈ ਨਾ, ਕਿ ਤੇ ਪਰ ਮੈਂ ਜਿਹੜੇ ਹੈਗੀ ਹਾਂ ਮੈਨੂੰ ਸ਼ਾਇਦ ਦੋਨੋਂ ਪਾਸੇ, ਮੈਂ ਦੋਨੋਂ ਪੱਖ ਜਿਹੜੇ ਜਾਣਾ ਚਾਹੁੰਦੀ ਸੀ, ਮੰਮੀ ਵੀ ਚਾਹੁੰਦੀ ਸੀ। ਹਾਂ, ਮੰਮੀ ਤੋਂ ਸਿੱਖਿਆ ਵੀ ਮੈਂ ਨਾ ਉਹ ਗੁਣਗੁਣਾਉਂਦੀ ਰਹਿੰਦੀ ਸੀ, ਤੇ ਪਰ ਹਾਂ ਫੈਮਿਲੀ 'ਚ ਥੋੜ੍ਹਾ ਜਿਹਾ ਪ੍ਰੈਸ਼ਰ ਹੈਗਾ ਸੀ ਕਿ ਇਸ ਤਰ੍ਹਾਂ ਦੇ ਗੀਤ ਗਾਉਣੇ ਨਹੀਂ ਹੈਗੇ, ਯੂ ਨੋ, ਮਤਲਬ ਜਿਵੇਂ ਐਂਟਰਟੇਨਮੈਂਟ ਗੀਤ ਨਹੀਂ ਗਾਉਣੇ, ਪਾਠ ਕੀਰਤਨ ਕਰੋ, ਗੋਲੀਆਂ ਬੰਦੂਕਾਂ ਵਾਲੇ ਗਣਾਸਿਆਂ ਵਾਲੇ ਗੀਤ ਵੀ ਉਹ ਨਹੀਂ ਗਾਉਣੇ ਹੈਗੇ। ਹਾਂ, ਉਹ ਤੇ ਬਿਲਕੁਲ ਨਹੀਂ ਗਾਉਣੇ ਹੈਗੇ, ਉਹ ਤਾਂ ਬਿਲਕੁਲ ਨਹੀਂ ਗਾਉਣੇ, ਸ਼ਰਾਬ ਵਾਲੇ ਗੀਤ ਨਹੀਂ ਗਾਉਣੇ, ਇਹ ਨਹੀਂ ਗਾਣਾ, ਉਹ ਨਹੀਂ ਗਾਣਾ, ਬਟ ਕੀ ਕਹਿੰਦੇ ਨੇ, ਮੈਂ ਮਿਊਜ਼ਿਕ ਨੂੰ ਇੱਕ ਜ਼ਰੀਆ ਸਮਝਦੀ ਹਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ, ਅਤੇ ਆਪਣੇ ਆਪ ਦਾ ਐਕਸਪ੍ਰੈਸ਼ਨ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਤੁਹਾਡਾ ਮੂਡ ਇੱਕ ਦਿਨ ਅੱਛਾ ਹੋ ਸਕਦਾ, ਇੱਕ ਦਿਨ ਮਾੜਾ ਹੋ ਸਕਦਾ, ਇੱਕ ਦਿਨ ਤੁਸੀਂ ਕੁਛ ਫੀਲ ਕਰ ਸਕਦੇ ਹੋ ਕੁਛ, ਅਤੇ ਮਿਊਜ਼ਿਕ ਇਜ਼ ਅ ਬਿਊਟੀਫੁਲ ਫਾਰਮ ਆਫ ਐਕਸਪ੍ਰੈਸਿੰਗ ਯੂਅਰ ਸੈਲਫ, ਅਤੇ ਮੈਂ ਇਹੀ ਸੋਚਿਆ ਅਤੇ ਇਹੀ ਸਮਝਦੀ ਹਾਂ ਕਿ ਮੈਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਮੈਂ ਕਿਸੇ ਵੀ ਫਾਰਮ 'ਚ, ਕਿਸੇ ਵੀ ਲਿਰਿਕਸ ਦੇ ਵਿੱਚ, ਕਿਸੇ ਵੀ ਕੰਪੋਜੀਸ਼ਨ ਨਾਲ ਐਕਸਪ੍ਰੈਸ ਕਰ ਸਕਦੀ ਹਾਂ। ਅਤੇ ਫਿਰ ਜੇ ਗਾਇਕੀ ਦੀ ਗੱਲ ਕਰੀਏ, ਚਲੋ ਕੀਰਤਨ ਇੱਕ ਬਹੁਤ ਚੰਗੀ ਚੀਜ਼ ਹੈ, ਘਰਦਿਆਂ ਦੀ ਸੋਚ ਵੀ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਸੋਚ ਗਲਤ, ਬਹੁਤ ਵਧੀਆ ਸੋਚ, ਬਹੁਤ ਵਧੀਆ, ਜੀ ਜੀ, ਇੱਧਰਲੇ ਪਾਸੇ ਲੱਗੋ। ਪਰ ਜੇ ਐਂਟਰਟੇਨਮੈਂਟ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਵੀ ਸਾਨੂੰ ਇੱਕ ਵੱਖਰਾ ਰਸਤਾ ਹੈਗਾ, ਵੱਖਰਾ ਟਰੈਕ ਉਹਦਾ ਹੈ। ਜੀ ਜੀ ਜੀ, ਫਿਰ ਉਹ ਕਿਹੜਾ ਗੀਤ ਪਹਿਲਾਂ ਗਾਇਆ, ਕਿਤੇ ਕਿਤੇ ਵਿਆਹ ਸ਼ਾਦੀ ਤੇ ਗੀਤ ਗਾਇਆ ਪਹਿਲਾਂ, ਜਾਂ ਫਿਰ ਘਰੇ ਹੀ ਗਾਇਆ ਕਿ ਸੁਣਾਇਆ ਮੰਮੀ ਨੂੰ? ਨਹੀਂ ਨਹੀਂ ਨਹੀਂ
ਨਹੀਂ ਨਹੀਂ ਮੈਂ ਐਕਚੁਅਲੀ ਇੱਕ ਸਟੂਡੀਓ ਪਹੁੰਚ ਗਈ ਕਹਿ ਲਓ ਇਤਫਾਕ ਸੀ ਕਿ ਕਿਸੇ ਨੇ ਮੈਨੂੰ ਬੁਲਾਇਆ ਸਟੂਡੀਓ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਹਾਨੂੰ ਫੀਚਰ ਕਰਨਾ ਮਿਊਜ਼ਿਕ ਵੀਡੀਓ ਦੇ ਵਿੱਚ ਮਾਡਲ ਦੀ ਤਰ੍ਹਾਂ ਮਾਡਲ ਲੈਣਾ ਸੀ ਹਾਂਜੀ ਤੇ ਇਸ ਕਰਕੇ ਉਹਨਾਂ ਨੂੰ ਬੁਲਾਇਆ ਮੁਲਾਕਾਤ ਇੱਕ ਸਟੂਡੀਓ ਦੇ ਵਿੱਚ ਸੀ ਤੇ ਮੈਂ ਚਲੀ ਗਈ ਤੇ ਮੈਨੂੰ ਪਤਾ ਸੀ ਕਿ ਘਰਦਿਆਂ ਨੇ ਤਾਂ ਰਾਜ਼ੀ ਹੋਣਾ ਨਹੀਂ ਹੈ ਮਾਡਲਿੰਗ ਕਰਨ ਵਾਸਤੇ ਪਰ ਦੇਖ ਆਈਏ ਕਿ ਹੁੰਦਾ ਕੀ ਹੈ ਨਾ ਹਰਜ ਕੀ ਪੁੱਛਾ ਇਹ ਦੇਖ ਆਈਏ ਕਿ ਮਤਲਬ ਕੀ ਆਫਰ ਕੀ ਕਰ ਰਹੇ ਨੇ ਕਿਸ ਤਰ੍ਹਾਂ ਕੀ ਸਟੋਰੀ ਲਾਈਨ ਕੀ ਹੈ ਯੂ ਨੋ ਆਲ ਦੈਟ ਸਟਫ ਆਈ ਵਾਸ ਵੈਰੀ ਕਿਊਰੀਅਸ ਐਂਡ ਵੈਰੀ ਯੰਗ ਸੋ ਮੈਂ ਚਲੀ ਗਈ ਨਾਈਵ ਨਾਈਵ ਭੋਲੀ ਭਾਲੀ ਤੇ ਉਹ ਮੈਨੂੰ ਲੈ ਗਏ ਤੇ ਕਹਿੰਦੇ ਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਬਿਆਨ ਕਰਤਾ ਮੈਂ ਕਿਹਾ ਕਿ ਮੈਂ ਨਾ ਗਾਣਾ ਵੀ ਗਾਉਂਦੀ ਹਾਂ ਤੇ ਉਹ ਕਹਿੰਦੇ ਅੱਛਾ ਤੂੰ ਨਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਸਟੂਡੀਓ ਦੇ ਉਹ ਜਿਹੜਾ ਗਲਾਸ ਸਟੂਡੀਓ ਹੁੰਦਾ ਉਹਦੇ ਪਿੱਛੇ ਜਾ ਕੇ ਤੁਸੀਂ ਗਾ ਕੇ ਆਓ ਤੇ ਮੈਂ ਥੋੜ੍ਹਾ ਜਿਹਾ ਗਾਇਆ ਐਂਡ ਦੇ ਵਰ ਲਾਈਕ ਬੂਮ ਅਸੀਂ ਤੁਹਾਨੂੰ ਹੁਣੇ ਗਾਣਾ ਦੇ ਰਹੇ ਹਾਂ ਤੇ ਕਿਹੜਾ ਗੀਤ ਗਾਇਆ ਸੀ ਉਦੋਂ ਇੱਕ ਰੈਪਰ ਦੇ ਨਾਲ ਮੈਂ ਗੀਤ ਗਾਇਆ ਸੀ ਤੇ ਹੁਣ ਮੈਂ ਸ਼ਾਇਦ ਉਹ ਗਾਣਾ ਵੀ ਨਹੀਂ ਚਾਹੁੰਦੀ ਉਸ ਗੀਤ ਲਈ ਮੈਨੂੰ ਫਸਟ ਟਾਈਮ 5000 ਰੁਪੀਸ ਮਿਲੇ ਸੀ ਬਕਾਇਦਾ ਨਹੀਂ ਨਹੀਂ ਕਰੋ ਗਾਲਾਂ ਨਹੀਂ ਪਈਆਂ ਉਹ ਤਾਂ ਬੜੇ ਖੁਸ਼ ਹੋਏ ਕਿ ਮਤਲਬ ਕਿ ਯੂ ਨੋ ਚਾਂਸ ਮਿਲਿਆ ਅੱਛਾ ਪਹਿਲੇ ਵਾਰੀ ਤੁਸੀਂ ਵੈਸੇ ਗਏ ਇਤਫਾਕ ਨਾਲ ਗਏ ਤੇ ਪਹਿਲੀ ਵਾਰੀ ਤੁਹਾਨੂੰ ਪੇਮੈਂਟ ਮਿਲ ਗਈ ਫਿਰ ਤੇ ਹੌਸਲਾ ਹੀ ਬੜਾ ਵੱਧ ਗਿਆ ਹੋਣਾ ਬਹੁਤ ਹੌਸਲਾ ਵੱਧ ਗਿਆ ਸਟਾਰਟਿੰਗ ਸਟੇਜ ਦੀ ਹਾਲਤ ਇਸ ਗਾਇਕੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੈਸਾ ਜੀ 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 ਪੈਸਾ ਦੀ ਗੱਲ ਵੀ ਨਹੀਂ ਸੀ ਉਸ ਟਾਈਮ ਇਨਕਰੇਜਮੈਂਟ ਦੀ ਗੱਲ ਹੈਗੀ ਸੀ ਤੇ ਮੇਰੇ ਬਹੁਤ ਅਜ਼ੀਜ਼ ਨੇ ਹਜੇ ਵੀ ਉਹ ਪ੍ਰੋਡਿਊਸਰ ਉਹਨਾਂ ਦਾ ਨਾਮ ਹੈ ਗੌਰਵ ਦਿਆਲ ਉਹ ਦਿੱਲੀ ਤੋਂ ਹੁੰਦੇ ਨੇ ਤੇ ਉਹਨਾਂ ਨੇ ਮੈਨੂੰ ਬਹੁਤ ਮਤਲਬ ਇਨਕਰੇਜ ਕੀਤਾ ਉਸ ਤੋਂ ਬਾਅਦ ਮੈਂ ਜਿੰਗਲਸ ਕੀਤੇ ਥੋੜ੍ਹੇ ਜਿਹੇ ਹੋਰ ਸੌਂਗਸ ਕੀਤੇ ਸੋ ਇਟ ਵਾਜ਼ ਅ ਵੈਰੀ ਬਿਊਟੀਫੁਲ ਜਰਨੀ ਇਨਕਰੇਜਮੈਂਟ ਮਿਲਦੀ ਰਹੀ ਯੂ ਨੋ ਸਾਡੇ ਦਰਸ਼ਕਾਂ ਨੇ ਕਹਿਣਾ ਵੀ ਕੁੜੀ ਗੱਲਾਂ ਮਾਰ ਜਾਂਦੀ ਹੈ ਮੈਨੂੰ ਸਭ ਤੋਂ ਵਧੀਆ ਤੁਹਾਡਾ ਸਕੀਰੀਆਂ ਗੀਤ ਜਿਹੜਾ ਕਿਉਂਕਿ ਸਕੀਰੀ ਦੀ ਗੱਲ ਸਕੀਰੀ ਲਫ਼ਜ਼ ਇੱਕ ਐਸਾ ਸ਼ਰੀਕਾ ਤੇ ਸਕੀਰੀ ਔਰ ਸਾਡੇ ਇੱਥੋਂ ਦੇ ਬੱਚਿਆਂ ਨੂੰ ਤਾਂ ਪਤਾ ਬਹੁਤ ਦੂਰ ਦੀ ਗੱਲ ਆ ਸਾਡੇ ਹੋ ਸਕਦਾ ਵੱਡੇ ਜਿਹੜੇ ਹੈਗੇ ਉਹ ਸਕੀਰੀਆਂ ਕੀ ਚੀਜ਼ ਹੁੰਦੀ ਹੈ ਪਿੰਡਾਂ ਦੀਆਂ ਉਹ ਗੀਤ ਵੀ ਮੈਨੂੰ ਤੁਹਾਡਾ ਬਹੁਤ ਵਧੀਆ ਲੱਗਦਾ ਅਤੇ ਤੁਸੀਂ ਹੁਣ ਸ਼ੁਰੂਆਤ ਕਿਹੜੇ ਗੀਤ ਤੋਂ ਕਰਨੀ ਚਾਹੁੰਦੇ ਮੈਂ ਇਹ ਚਾਹੁੰਦਾ ਸੀਗਾ ਕਿ ਤੁਹਾਡੇ ਪਸੰਦੀਦਾ ਕਿਹੜੀ ਸਿੰਗਰ ਸੀਗੀ ਪਹਿਲਾਂ ਪੰਜਾਬੀ ਦੇ ਵਿੱਚ ਜੀ ਉਹਨਾਂ ਦਾ ਕੋਈ ਗੀਤ ਸੁਣਾਓ ਜੀ ਜ਼ਰੂਰ ਮੇਰੀ ਪਸੰਦੀਦਾ ਸਿੰਗਰ ਜਿਹੜੇ ਹੈਗੇ ਨੇ ਉਹ ਸੁਰਿੰਦਰ ਕੌਰ ਜੀ ਹੈਗੇ ਨੇ ਆਲ ਟਾਈਮ ਫੇਵਰੇਟ ਔਰ ਤੁਹਾਡੇ ਵੀ ਤੇ ਅਸੀਂ ਮੈਂ ਤਕਰੀਬਨ ਜਿੰਨੀ ਹੁਣ ਤੱਕ ਗਾਇਕਾਵਾਂ ਨਾਲ ਇੰਟਰਵਿਊ ਕੀਤੀ ਹੋਣੀ ਹੈ ਮੇਰੇ ਖਿਆਲ 90% ਇਹੀ ਜਵਾਬ ਹੁੰਦਾ ਜੀ 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 ਤੇ ਉਹਨਾਂ ਦੀ ਮੈਨੂੰ ਗਾਇਕੀ ਬਹੁਤ ਪਸੰਦ ਹੈ ਐਕਸਪ੍ਰੈਸ਼ਨ ਬਹੁਤ ਪਸੰਦ ਹੈ ਤੇ ਇੱਕ ਮੇਰੇ ਹੋਰ ਫੇਵਰੇਟ ਨੇ ਜਗਮੋਹਨ ਕੌਰ ਜੀ ਉਹਨਾਂ ਦਾ ਐਕਸਪ੍ਰੈਸ਼ਨ ਇਜ਼ ਬਿਊਟੀਫੁਲ ਤੇ ਮੈਂ ਤੁਹਾਨੂੰ ਸੁਰਿੰਦਰ ਕੌਰ ਜੀ ਦਾ ਇੱਕ ਗੀਤ ਸੁਣਾ ਦੇਣੀ ਜ਼ਰੂਰ ਨੀਕ ਮੇਰੀ ਅੱਖ ਕਾਸ਼ਨੀ ਨੀਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਨੀਂਦਰ ਨੇ ਮਾਰਿਆ ਸ਼ੀਸ਼ ਨੂੰ ਤਰੇੜ ਪੈ ਗਈ ਸ਼ੀਸ਼ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ ਇੰਨੀ ਗਲਤ ਸਾਡੇ ਦਰਸ਼ਕਾਂ ਨੇ ਅੰਦਾਜ਼ਾ ਲਾ ਲਿਆ ਹੁਣ ਵੀ ਵਾਕਈ ਹੈ ਕੁੜੀ ਦੀ ਆਵਾਜ਼ ਦੇ ਵਿੱਚ ਦਮ ਹੈਗਾ ਤੇ ਫਿਰ ਜਦੋਂ ਸ਼ੁਰੂਆਤ ਹੋਈ ਹੈ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਜਦੋਂ 5000 ਰੁਪਏ ਤੁਸੀਂ ਲਿਆ ਇੱਕ ਗੀਤ ਦਾ ਤੇ ਫਿਰ ਕੀ ਰਿਐਕਸ਼ਨ ਸੀਗਾ ਐਕਚੁਅਲੀ ਮੈਂ ਤਾਂ ਆਪ ਹੀ ਨਹੀਂ ਰੁਕਿਆ ਗਿਆ ਮੈਂ ਘਰ ਆ ਕੇ ਮੰਮੀ ਮੰਮੀ ਮੇਰੇ ਬਹੁਤ ਖੁਸ਼ ਹੋਏ ਪਾਪਾ ਵੀ ਬਹੁਤ ਖੁਸ਼ ਹੋਏ ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਮਤਲਬ ਰੁਕਿਆ ਬਟ ਯੂ ਨੋ ਉਹਨਾਂ ਦਾ ਦਿਲ ਸੀ ਕਿ ਯੂ ਨੋ ਵਿਆਹ ਹੋ ਜਾਏ ਬਸ ਯੂ ਨੋ ਪਿੰਡਾਂ ਦੀ ਸਾਡੇ ਪਿੰਡ ਚਲੋ ਤੁਸੀਂ ਤਾਂ ਸ਼ਹਿਰ ਦੇ ਵਿੱਚ ਦਿੱਲੀ ਜੰਮੇ ਪਲੇ ਜੀ ਜੀ ਦਿੱਲੀ ਦੇ ਵਿੱਚ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਕੁੜੀ ਪੈਦਾ ਹੋ ਜਾਏ ਤੇ ਘਰਦਿਆਂ ਨੂੰ ਇਹ ਟੈਨਸ਼ਨ ਹੁੰਦੀ ਸੀ ਕੁੜੀ ਸਿਲਾਈ ਕਢਾਈ ਸਿੱਖ ਲੈ ਪਹਿਲੇ ਸਮੇਂ ਦੀ ਗੱਲ ਹੈ ਕੁੜੀ ਰੋਟੀ ਪਾਣੀ ਸਿੱਖ ਲੈ ਕੁੜੀ ਗੋਹਾ ਕੂੜਾ ਸਿੱਖ ਲੈ ਕੁੜੀ ਗਾਕੀ ਇਹ ਕਰ ਲੈ ਉਹ ਕਰ ਲੈ ਤੇ ਜੇ ਮੁੰਡਾ ਪੈਦਾ ਹੁੰਦਾ ਸੀ ਚੱਲ ਇਹਦਾ ਕੀ ਹੈ ਕੁੜੀ ਦੀ ਚਿੰਤਾ ਤਾਂ ਘਰਦਿਆਂ ਨੂੰ ਹੁੰਦੀ ਹੈ ਹਾਂਜੀ ਹਾਂਜੀ ਤੇ ਫਿਰ ਗੀਤ ਦੀ ਗੱਲ ਕਰੀਏ ਕਿਹੜਾ ਟਰੈਕ ਫਿਰ ਪਹਿਲਾਂ ਤੁਹਾਡਾ ਸਭ ਤੋਂ ਪਹਿਲਾ ਟਰੈਕ ਦਾ ਕਿਹੜਾ ਸਵਾਬ ਬਣਿਆ ਸਭ ਤੋਂ ਪਹਿਲਾ ਟਰੈਕ ਜਿਹੜਾ ਹੈ ਉਹ ਮੇਰਾ ਬਣਿਆ ਸੀ ਯੂਕੇ ਤੋਂ ਬਿਕਰਮ ਸਿੰਘ ਬੜੇ ਅੱਛੇ ਸਿੰਗਰ ਨੇ ਨਿਊਯਾਰਕ ਤੋਂ ਹੀ ਤੇ ਉਹਨਾਂ ਨੇ ਮੈਨੂੰ ਮੈਂ ਸਾਰੇਗਾਵਾਂ ਭੱਗ ਗਈ ਸੀ ਤੇ ਉਹਨਾਂ ਨੇ ਨੋਟਿਸ ਕੀਤਾ ਮੈਨੂੰ ਤੇ ਸੌਂਗ ਆਫਰ ਕੀਤਾ ਤੇ ਉਹਨਾਂ ਦਾ ਪ੍ਰੋਡਿਊਸਰ ਵੀ ਜਿਹੜੇ ਹੈਗੇ ਸੀ ਉਹ ਯੂਕੇ ਦੇ ਹੈਗੇ ਸੀ ਤੇ
ਫਿਰ ਉਹ ਮਿਲ ਕੇ ਇੱਕ ਜਿੰਦੜੀ ਕਰਕੇ ਸੌਂਗ ਆਇਆ ਸੀ ਲੰਡਨ ਤੋਂ, ਤੇ ਉਹ ਬਹੁਤ ਪਾਪੂਲਰ ਹੋਇਆ, ਬੜਾ ਪਿਆਰਾ ਫੋਕ ਜਿਹਾ ਗਾਣਾ ਸੀ ਉਹ ਵੀ ਜ਼ਰੂਰ ਸੁਣ ਲਿਆ। ਹਾਂਜੀ, ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜੀ। ਸਾਰੇਗਾਮਾ ਪਾ ਦੀ ਤੁਸੀਂ ਗੱਲ ਕੀਤੀ ਹੈ ਜੀ, ਇੱਕ ਬਹੁਤ ਵੱਡਾ ਪਲੇਟਫਾਰਮ ਸੀਗਾ ਇੱਕ ਗਾਇਕਾ ਵਾਸਤੇ ਜੀ ਜੀ ਜੀ। ਉਹਦਾ ਉਹਦਾ ਫਿਰ ਤੁਸੀਂ ਆਪ ਕੀਤਾ ਸੀ ਆਡੀਸ਼ਨ ਵਗੈਰਾ ਦਿੱਤਾ ਸੀ ਕਿ ਉਹ ਵੀ ਕਿਸੇ ਨੇ ਤੁਹਾਨੂੰ ਸੱਦਿਆ ਸੀ ਉੱਥੇ? ਮੈਂ ਜੀ ਆਪ ਹੀ ਪਹੁੰਚ ਗਈ ਸੀ, ਮੈਂ ਕਾਫੀ ਆਡੀਸ਼ਨ ਦੇਣ ਆਪ ਹੀ ਪਹੁੰਚ ਜਾਂਦੀ ਸੀ, ਯੂ ਨੋ ਜੇ ਪਹਿਲਾਂ ਵੀ ਜਦੋਂ ਮੈਂ ਦਿੱਲੀ ਹੈਗੀ ਸੀ ਤੇ ਕਿਤੇ ਬਾਹਰ ਹੁੰਦੇ ਸੀ ਆਡੀਸ਼ਨ, ਜਿਵੇਂ ਜਲੰਧਰ ਜਾਂ ਲੁਧਿਆਣੇ ਜਾਂ ਕਿਤੇ ਵੀ ਹੋਰ, ਮੈਂ ਮੰਮੀ ਨੂੰ ਰਾਤੀ ਕਹਿਣਾ ਕਿ ਮੰਮੀ ਮੈਂ ਸਵੇਰੇ ਜਾ ਰਹੀ ਹਾਂ, ਮੰਮੀ ਨੂੰ ਲੱਗਦਾ ਸੀ ਇਹ ਕੀ ਹੋ ਗਿਆ, ਰੁਕ ਰੁਕ ਮੈਂ ਵੀ ਚੱਲਦੀ ਹਾਂ, ਯੂ ਨੋ ਜਸਟ ਟੂ ਕਿਵੇਂ ਮਾਪਿਆਂ ਨੂੰ ਟੈਨਸ਼ਨ ਹੁੰਦੀ ਹੈ ਜਿਵੇਂ, ਤੇ ਇੱਥੇ ਵੀ ਮਤਲਬ ਮੈਂ ਆਪੇ ਹੀ ਚਲੀ ਗਈ ਤੇ ਆਪੇ ਹੀ ਗਾ। ਜਦੋਂ ਫਿਰ ਉੱਥੇ ਸਿਲੈਕਟ ਹੋ ਗਈ ਕਸ਼ਮੀਰ ਜੀ ਸਾਰੇ ਗਾਵਾਂ ਵਾਲੀ ਜੀ ਜੀ ਜੀ, ਤੇ ਫਿਰ ਜਦੇ ਫੋਨ ਕੀਤਾ ਮੰਮੀ ਕਿ ਮੰਮੀ ਨਾਲ ਹੀ ਸੀਗੇ? ਨਹੀਂ ਨਹੀਂ ਉਹ ਨਾਲ ਨਹੀਂ ਹੈਗੇ ਸੀ, ਉਹਨਾਂ ਨੂੰ ਬਾਅਦ ਚ ਦੱਸਿਆ ਕਿ ਹੋ ਗਿਆ ਹੋ ਗਿਆ। ਬੜੀ ਵਧੀਆ ਗੱਲ ਸੀ ਜੀ ਜੀ ਜੀ। ਤੇ ਅਸੀਂ ਇੱਕ ਜਿੰਦਰੀ ਵੀ ਜਰੂਰ ਸੁਣਨਾ ਚਾਹਾਂਗੇ ਗੀਤ, ਪਰ ਉੱਥੇ ਕਿਸ ਤਰ੍ਹਾਂ ਦੇ ਗਾਣੇ ਸੀਗੇ ਜਿਹੜੇ ਹਿੰਦੀ ਗਾਣੇ ਗਾਉਣੇ ਪੈਂਦੇ ਸੀ? ਮੈਨੂੰ ਐਕਚੁਅਲੀ ਮੈਂ ਪੰਜਾਬੀ ਗਾਉਂਦੀ ਸੀ ਸ਼ੁਰੂ ਤੋਂ, ਹੈ ਨਾ, ਤੇ ਉਹਨਾਂ ਨੇ ਮੈਨੂੰ ਪੰਜਾਬੀ ਟਾਈਪ ਦੇ ਹੀ ਮੇਰੇ ਜੌਨਰਾ ਦੇ ਹੀ ਗਾਣੇ ਮੈਨੂੰ ਦਿੱਤੇ, ਤੇ ਕਾਫੀ ਵਰਸਟਾਈਲ ਗਾਣੇ ਵੀ ਵਿੱਚ ਹਿੰਦੀ ਗਾਣੇ ਵੀ ਦਿੱਤੇ, ਸੋ ਇਟ ਵਾਜ਼ ਆਲ ਅ ਮਿਕਸ। ਬਟ ਉਸ ਪ੍ਰੋਗਰਾਮ ਦੇ ਵਿੱਚ ਮੈਂ ਹੀ ਇਕੱਲੀ ਜਿਵੇਂ ਪੰਜਾਬਣ ਹੈਗੀ ਸੀ, ਸੋ ਬਹੁਤ ਮਜ਼ਾ ਆਇਆ ਜੀ 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 ਜੀ। ਅਸੀਂ ਵੀ ਕਿਹਾ ਵੀ ਨਹੀਂ ਵੀ ਵਾਕਈ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਕੁੜੀ ਦੇ ਵਿੱਚ ਕੁਛ ਨਾ ਕੁਛ ਹੈ, ਵੀ ਬਾਅਦ ਲੱਗਦੀ ਕੁੜੀ 'ਚ ਬਹੁਤ ਕੁਛ ਹੈ। ਤੇ ਚਲੋ ਇੱਕ ਦਿਨ ਜਿਹੜੀ ਇਹਦੀਆਂ ਦੋ ਲਾਈਨਾਂ ਜ਼ਰੂਰ ਸੁਣਾਓ, ਫਿਰ ਬ੍ਰੇਕ 'ਤੇ ਚੱਲਦੇ ਹਾਂ। ਹਾਂਜੀ ਜ਼ਰੂਰ। ਮਾਹੀਆ ਹੋ ਸੋਹਣਿਆ ਮਾਹੀਆ ਹੈ, ਵਗਦੀ ਏ ਰਾਵੀ ਵਿੱਚ ਫੁੱਲ ਗੁਲਾਬ ਦਾ, ਆ ਜਾ ਵੇ ਆ ਜਾ ਦਿਲ ਵਾਜਾ ਮਾਰਦਾ, ਆ ਜਾ ਵੇ ਆ ਜਾ ਦਿਲ ਵਾਜਾ ਮਾਰਦਾ, ਚੱਲੀ ਨਹੀਂ ਜਾਂਦੀ ਹੈ ਜੁਦਾਈ ਵੇ ਸੋਹਣਿਆ, ਅੱਜ ਮੈਨੂੰ ਫੇਰ ਯਾਦ ਆਈ ਵੇ ਮਾਹੀਆ, ਅੱਜ ਮੈਨੂੰ ਫੇਰ ਯਾਦ ਆਈ ਹੈ। ਇਸੇ ਤਰ੍ਹਾਂ ਮੈਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਦੱਸ ਦੇਵਾਂ ਗੀਤ ਸੰਗੀਤ ਦਾ ਮਾਹੌਲ ਹੈ, ਔਰ ਨਾਲ ਦੀ ਨਾਲ ਜਿਹੜਾ ਹੈਗਾ ਕਾਲਾਂ ਦਾ ਸਿਲਸਿਲਾ ਵੀ ਥੋੜ੍ਹੀ ਦੇਰ ਬਾਅਦ ਸ਼ੁਰੂ ਕਰਾਂਗੇ, ਅਜੇ ਸ਼ੁਰੂ ਨਹੀਂ ਕਰਦੇ, ਅਜੇ ਗੱਲਬਾਤ ਕਰਦੇ ਹਾਂ। ਗੀਤ ਸੰਗੀਤ ਹੋਏਗਾ, ਇਸ਼ਮੀਤ ਨਰੂਲਾ ਮੇਰੇ ਨਾਲ ਮਹਿਮਾਨ ਨੇ, ਸੋ ਤੁਸੀਂ ਦੇਖਦੇ ਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।